ਪੰਜਾਬ ਦੇ ਵਿੱਚ ਲਗਾਤਾਰ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਦੇ ਵਿੱਚ ਜਾ ਰਹੀਆਂ ਨੇ। ਇਸੇ ਤਹਿਤ ਨਾਭਾ ਦੇ ਵਿੱਚ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਇੱਕ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਹੁਣ ਖਬਰ ਸਾਹਮਣੇ ਆ ਰਹੀ ਹੈ। ਦੱਸਦੀਏ ਕਿ ਸਵੇਰੇ ਜਦੋਂ ਰਾਹਗੀਰ ਸੜਕ ਦੇ ਉੱਤੇ ਜਾ ਰਹੇ ਸੀ ਤਾਂ ਉਹਨਾਂ ਨੇ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਦੇਖਿਆ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ਦੇ ਉੱਤੇ ਪਹੁੰਚੀ, ਜਦੋਂ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਉੱਥੇ ਜਾ ਕੇ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਤਾਂ ਦੱਸਦੀਏ ਕਿ ਰਾਤ ਦੇ ਸਮੇਂ ਜਦੋਂ ਗੁਰਵਿੰਦਰ ਸਿੰਘ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਹੁਣ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਾਭਾ ਤੋਂ, ਜਿੱਥੇ ਕਿ ਇੱਕ ਬੀਤੀ ਰਾਤ ਸੜਕ ਹਾਦਸਾ ਵਾਪਰਿਆ, ਕਿਸੇ ਅਣਪਛਾਤੇ ਵਾਹਨ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਹੁਣ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਸਹੀ ਸਮੇਂ 'ਤੇ ਕਿਸੇ ਨੇ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੁੰਦਾ ਤਾਂ ਉਸਦੀ ਜਾਨ ਬਚ ਸਕਦੀ ਸੀ। ਤਾਂ ਨਾਭਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਇਹ ਕੰਮ 'ਤੇ ਸੀਗਾ ਜੀ, ਪਾਸੋਂ ਕੰਮ ਕਰਦਾ ਸੀ, ਕਮੈਨ ਵਾਲਿਆਂ ਨਾਲ ਉੱਥੋਂ ਆ ਰਿਹਾ ਸੀ ਅਤੇ ਕੋਈ ਅਨਨੋਨ ਵਹੀਕਲ ਆ ਜਿਹੜਾ ਕੋਈ ਨੂੰ ਕੋਈ ਆਇਆ, ਸਾਨੂੰ ਬੰਦੇ ਕਿਸੇ ਨੇ ਸਲਾਹ ਦਿੱਤੀ ਵੀ ਬੰਦਾ ਇੱਥੇ ਪਿਆ, ਇਹ ਆ ਕੇ ਮੌਕੇ 'ਤੇ ਦੇਖਿਆ ਤਾਂ ਹੁਣ ਉਹਨੂੰ ਲੈ ਕੇ ਜਾ ਰਹੇ ਹਾਂ ਹਸਪਤਾਲ। ਕਿੰਨੇ ਵਜੇ ਦੀ ਘਟਨਾ ਸੀ ਇਹਦਾ? ਟਾਈਮ ਕਲੀਅਰ ਨਹੀਂ ਪਿਆ ਜੀ, ਹਜੇ ਪਤਾ ਨਹੀਂ ਲੱਗਿਆ ਟਾਈਮ। ਨਾਮ ਕੀ ਆ? ਗੁਰਵਿੰਦਰ ਸਿੰਘ ਜੀ। ਕਿੰਨੇ ਬੱਚੇ? ਇੱਕ ਬੇਟਾ ਜੀ ਕੋਲ। ਦੇਖਦੇ ਹਾਂ ਹੁਣ ਕੀ ਹਾਲਾਤ ਬਣਦੇ ਨੇ, ਮਾਲਕ ਜਿਵੇਂ ਵੀ ਹੋ ਗਿਆ ਤੁਨੀ ਜੀ ਸਾਰਾ ਵੀ ਬਣਦੀ ਕਰੇਗੀ ਪੁਲਿਸ ਆ ਰਹੀ ਦੇਖਦੇ। ਹਾਂਜੀ, ਮਤਲਬ ਦੋ ਭਰਾ ਨੇ, ਇੱਕ ਵਿਦੇਸ਼ 'ਚ ਹੈ ਜੀ, ਦੁਬਈ ਗਿਆ ਹੋਇਆ ਜੀ ਇੱਕ। ਹਾਂਜੀ ਹਾਂ, ਵੱਡਾ ਭਰਾ ਇਹਦਾ। ਹਾਂ, ਮੋਟਰਸਾਈਕਲ 'ਤੇ ਸੀ। ਵੈਸੇ ਜੇ ਮੋਟਰਸਾਈਕਲ ਦੇਖ ਕੇ ਤਾਂ ਇਹ ਲੱਗਦਾ ਵੀ ਕੋਈ ਗੱਡੀ ਗੁੱਡੀ ਨੂੰ ਕਰਾਓ ਜਾਂ ਇਹਦੇ ਵੱਲ ਨੂੰ ਜ਼ਿਆਦਾ ਚੜ ਗਈ, ਇਹ ਆਪ ਇਹਨੇ ਸਾਈਡ 'ਤੇ ਵੱਟ ਲਿਆ ਮੋਟਰਸਾਈਕਲ, ਅੱਗੇ ਮੁੜ ਕੇ ਉੱਤੇ ਦੀ ਮੋਟਰਸਾਈਕਲ 'ਤੇ ਡਿੱਗ ਗਿਆ। ਬਾਕੀ ਹੁਣ ਮੈਡੀਕਲ ਆਉਣ ਤੋਂ ਡਾਕਟਰੀ ਡਿਪਾਰਟਮੈਂਟ ਤੋਂ ਪਤਾ ਲੱਗੂਗਾ ਕਿ ਕੀ ਪੇਟ ਮਾਰੀ ਹੋਈ ਕਿਸੇ ਵਹੀਕਲ ਨੂੰ। ਨਹੀਂ, ਵਹੀਕਲ ਤਾਂ ਠੀਕ ਠਾਕ ਖੜਾ ਵਾ, ਲਾਗੇ ਖੜਾ, ਇਹਨੂੰ ਤਾਂ ਕੁਛ ਨਹੀਂ ਹੋਇਆ। ਮੁੱਢਲੀ ਤੋਂ ਤਾਂ ਇਹੀ ਲੱਗਦਾ ਵੀ ਕਿਸੇ ਗੱਡੀ ਗੁੱਡੀ ਦੇ ਕਾਰਨ ਹੋਇਆ ਇਹ, ਚਾਹੇ ਤਾਂ ਇਹਦੇ ਉੱਪਰ ਜ਼ਿਆਦਾ ਚੜ ਗਈ ਵੀ ਇਹਨੇ ਸਾਈਡ 'ਤੇ ਵੱਟ ਲਈ ਜਾ ਕੇ ਸਾਈਡ 'ਤੇ ਡਿੱਗ ਗਿਆ ਇਹ ਮੋਟਰਸਾਈਕਲ, ਜਾਂ ਫਿਰ ਮਾੜਾ ਮੋਟਾ ਭੱਜ ਗਈ ਹੁਣ ਸਾਈਡ 'ਤੇ ਇਹ ਬੁੱਟ ਗਿਆ ਇੱਕ ਸਾਈਡ 'ਤੇ ਜਾ ਕੇ ਡਿੱਗ ਗਿਆ। ਰਾਤ ਦੀ ਘਟਨਾ? ਰਾਤ ਦੀ ਘਟਨਾ ਸ਼ਾਇਦ ਬਾਚਵੀ ਸਾਹਿਬ ਜੇ ਮੌਕੇ 'ਤੇ ਚੱਕਿਆ ਜਾਂਦਾ ਮੌਕੇ 'ਤੇ। ਹੁਣ ਅੱਜ ਕੱਲ੍ਹ ਰਾਹਗੀਰ ਨਹੀਂ ਰੁਕਦੇ ਹੈਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਰਾਹਗੀਰਾਂ ਨੂੰ ਵੀ ਜੇ ਇਸ ਤਰ੍ਹਾਂ ਦਾ ਐਕਸੀਡੈਂਟ? ਜੀ ਹਾਂ ਜੀ, ਜ਼ਰੂਰੀ ਆ, ਚੱਕਣਾ ਜ਼ਰੂਰੀ ਆ ਉਹਨਾਂ ਨੂੰ ਪਹਿਲਾਂ, ਕੋਈ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਹੈਗਾ, ਬਿਲਕੁਲ ਚੱਕ ਕੇ ਚਾਹੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਦੇਣ, ਜੇ ਨਹੀਂ ਆਪ ਚੱਕਣਾ ਪੁਲਿਸ ਨੂੰ ਇਨਫੋਰਮੇਸ਼ਨ ਦੇ ਦੇਣ। ਟੈਲੀਫੋਨ ਕਰ ਦੇਣ, ਸਾਡੇ ਟੈਲੀਫੋਨ ਲੈ ਕੇ ਵੀ ਨੇ ਥਾਣੇ 'ਤੇ, ਥਾਣੇ ਵਾਲਿਆਂ ਨੂੰ ਦੱਸਿਆ ਜਾ ਵੀ ਅਸੀਂ ਆਪ ਚੱਕ ਕੇ ਇਹਨੂੰ ਸਾਈਡ 'ਤੇ ਕਿਤੇ ਲੈ ਜਾਂਦੇ, ਜਾ ਕੇ ਮਾੜਾ ਮੋਟਾ ਇਲਾਜ ਹੋ ਜਾਂਦਾ, ਵੱਜ ਜਾਂਦਾ। ਵੈਸੇ ਉਹ ਠੀਕ ਠਾਕ ਆ, ਉਹ ਇਕੱਲਾ ਸਿਰ 'ਤੇ ਸੱਟ ਲੱਗੀ ਸੀਗੀ। ਹੁਣ ਫਰਦਰ ਕੀ ਕਾਰਵਾਈ ਕੀਤੀ ਜਾ? ਅਗਲੀ ਤਾਂ ਹੁਣ ਦੇਖੋ ਜੀ, ਜੋ ਵਾਪਸ ਲਿਖਾਉਣਗੇ ਹਿਸਾਬ ਦੇ ਨਾਲ ਕਰਦਾ ਕਰ।